पुठे किसान पंजाब दे सिर बन दमाले, ओए उठे किरती देश दे सिर बन दमाले, बन दमाले। अज दिल्ली वल नू पाले शेरां ने चाले। इस वेले कल्ले किसानां दा नहीं, पूरी इंसानियत दा जिहड़ा मसला हैगा, साडे शोज, साडे विआहां दे प्रोग्राम, शादियां वगैरह, जो भी साडा खुशी दे मौके ते सारे गुम ही हो गए नेगे एक साल तो। अक्सर देखिया जांदा कि मुटियारां नू ही कहा जांदा कि तुसीं घर दा काम करना रसोई तक सीमित है। तुसीं बिल्कुल बिल्कुल रसोई तक सीमित रह जांदियां ने, बच्चे पालण तक सीमित रह जांदियां ने, और लक्की ने कुड़ियां जिहड़ियां अज इस शो दे विच उन्हां ने शिरकत कीती है, पार्टिसिपेट कीता है। ਤੁਸੀਂ ਦੇਖ ਰਹੇ ਹੋ ਟੀਵੀ NRE ਤੇ, ਮੈਂ ਹਾਂ ਪਰਮਜੀਤ ਸਿੰਘ ਪੰਮਾ। ਵਿਆਹਤਾ ਮੁਟਿਆਰਾਂ ਦੇ ਲਈ ਇੱਕ ਵਿਲੱਖਣ ਸ਼ੋਅ ਆ ਮਿਸਿਜ ਪੰਜਾਬਣ। ਮਿਸਿਜ ਪੰਜਾਬਣ 2021 10ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਓਡੀਸ਼ਨ ਦੇ ਵਿੱਚ, ਪਹਿਲੇ ਓਡੀਸ਼ਨ ਜਲੰਧਰ ਦੇ ਵਿੱਚ ਹੀ ਫਿਰੋਜ਼ ਖਾਨ ਜੀ ਪਹੁੰਚੇ ਨੇ। ਫਿਰੋਜ਼ ਖਾਨ ਜੀ, ਟੀਵੀ NRE 'ਤੇ ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅੱਜ ਮੈਂ ਇੱਥੇ ਲੈਕਮੇ ਅਕੈਡਮੀ ਦੇ ਵਿੱਚ ਓਡੀਸ਼ਨਸ 'ਤੇ ਪਹੁੰਚਿਆ, ਜਿਹੜਾ ਮਿਸਿਜ ਪੰਜਾਬੀ ਪੰਜਾਬਣ ਵਰਲਡਵਾਈਡ ਜਿਹੜਾ 2021 ਸ਼ੋਅ ਜਿਹੜਾ ਇਹ ਸੀਜ਼ਨ ਕਰਾਇਆ ਜਾ ਰਿਹਾ, ਉਹਦੇ ਵਿੱਚ AR ਸੈਣੀ ਗਲੈਮਰ ਵਰਲਡਸ ਐਂਡ NRI ਮੀਡੀਆ ਵੱਲੋਂ ਜਿਹੜਾ ਔਰਗਨਾਈਜ਼ ਕੀਤਾ ਗਿਆ, ਅਤੇ ਏਜ਼ੇ ਰਿਕਾਰਡਸ ਵੱਲੋਂ ਅਤੇ ਆਪਣਾ ਸੈਨੇਟਾ ਪ੍ਰੈਜੈਂਟ ਇਹਨਾਂ ਵੱਲੋਂ ਕੀਤਾ ਗਿਆ। ਅਤੇ ਮੈਂ ਸ਼ੁਕਰੀਆ ਅਦਾ ਕਰਦਾ ਕਿ ਜਿਹੜੀਆਂ ਵਿਆਹਤਾ ਮੁਟਿਆਰਾਂ ਸਾਡੇ ਪੰਜਾਬ ਦੀਆਂ ਕੁੜੀਆਂ ਅੱਜ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਇੱਕ ਬਹੁਤ ਅੱਛਾ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੀਆਂ ਨੇ, ਔਰ ਸਾਨੂੰ ਵੀ ਇਸ ਗੱਲ ਦਾ ਪ੍ਰਾਊਡ ਹੈ ਕਿ ਸਾਡੀਆਂ ਇਹਨਾਂ ਵਿਆਹਤਾ ਮੁਟਿਆਰਾਂ ਨੂੰ ਜਿਹੜਾ ਇੱਥੇ ਪਲੈਟਫਾਰਮ ਦੇ ਕੇ ਇੱਕ ਅੱਛਾ ਉਹਨਾਂ ਦਾ ਹੁਨਰ ਦੇਖਣ ਦਾ ਸਾਨੂੰ ਮੌਕਾ ਮਿਲਿਆ, ਔਰ ਉਹਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ। ਸੋ ਮੈਂ ਸਾਰੇ ਪੰਜਾਬ ਦੀਆਂ ਵਿਆਹਤਾ ਮੁਟਿਆਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਡੀਸ਼ਨ ਹਾਲੇ ਹੋਰ ਵੀ ਬਹੁਤ ਜਗ੍ਹਾ ਚੱਲਣੇ, ਅਤੇ ਤੁਸੀਂ ਜ਼ਰੂਰ ਇਹਦੇ ਵਿੱਚ ਪਾਰਟੀਸਪੇਟ ਕਰੋ। ਫਿਰੋਜ਼ ਖਾਨ ਜੀ, ਜਿਵੇਂ ਦੇਖਿਆ ਜਾ ਰਿਹਾ ਕਿ ਕਿਸਾਨਾਂ ਦਾ ਵੀ ਮਸਲਾ ਚੱਲ ਰਿਹਾ, ਪਿਛਲੇ ਸਾਲ ਕਰੋਨਾ ਦਾ ਵੀ ਜਿਹੜਾ ਮਾਰ ਪਈ ਆ, ਇਹ ਓਡੀਸ਼ਨ ਜਿਹੜਾ ਮਿਸਿਜ ਪੰਜਾਬ ਬਣਿਆ, ਇਹ ਸਾਲ ਦਾ ਜਿਹੜਾ ਸਾਲ ਚੜ੍ਹਦੇ ਦੇ ਵਿੱਚ ਹੀ ਸ਼ੁਰੂਆਤ ਹੋਈ ਆ, ਕਿਵੇਂ ਦੇਖਦੇ ਹੋ ਕਿ ਪਹਿਲਾ ਵੱਡਾ ਓਡੀਸ਼ਨ ਆ? ਨਹੀਂ, ਬਹੁਤ ਚੰਗਾ ਲੱਗਿਆ ਜੀ। ਕਾਫੀ ਦੇਰ ਬਾਅਦ ਮੇਰੇ ਖਿਆਲ 'ਚ ਕਰੋਨਾ ਸਾਨੂੰ ਫੈਬਰਵਰੀ ਤੋਂ ਸਾਨੂੰ ਘੇਰਿਆ ਹੋਇਆ ਕਰੋਨਾ ਨੇ, ਉਸ ਤੋਂ ਬਾਅਦ ਜਿਹੜਾ ਇਸ ਵੇਲੇ ਜਿਹੜਾ ਬਹੁਤ ਵੱਡਾ ਮਸਲਾ ਸਾਡੇ ਪੰਜਾਬ ਦੇ ਨਹੀਂ ਪੂਰੇ ਇੰਡੀਆ ਦੇ ਕਿਸਾਨਾਂ ਦਾ ਮਸਲਾ ਜਿਹੜਾ ਸਰਕਾਰ ਦੇ ਨਾਲ ਫਸਿਆ ਹੋਇਆ, ਔਰ ਮੈਂ ਉਮੀਦ ਕਰਦਾ ਔਰ ਦੁਆ ਕਰਦਾ ਕਿ ਇਹ ਮਸਲਾ ਜਲਦੀ ਤੋਂ ਜਲਦੀ ਸੋਲਵ ਹੋਵੇ ਔਰ ਸਾਰੀ ਦੁਨੀਆ ਨੂੰ ਸੁੱਖ ਦਾ ਸਾਹ ਆਵੇ। ਇਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਇਹ ਇਸ ਵੇਲੇ ਇਕੱਲੇ ਕਿਸਾਨਾਂ ਦਾ ਨਹੀਂ, ਪੂਰੀ ਇਨਸਾਨੀਅਤ ਦਾ ਜਿਹੜਾ ਮਸਲਾ ਹੈਗਾ, ਕਿਉਂਕਿ ਸਰਕਾਰ ਨੂੰ ਝੁੱਕ ਜਾਣਾ ਚਾਹੀਦਾ, ਔਰ ਮੈਂ ਅਪੀਲ ਕਰਦਾ ਕਿ ਅਗਰ ਉਹ ਆਪਣੀ ਫਿਰਾਕ ਦੇ ਲਈ ਦਿਖਾ ਸਕਦੇ ਆ ਤਾਂ ਜ਼ਰੂਰ ਦਿਖਾਉਣ, ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੋਲਵ ਕਰਕੇ ਲੋਕਾਂ ਨੂੰ ਜਿਹੜਾ ਮੈਂਟਲੀ ਸਟ੍ਰੈਸ ਤੋਂ ਬਚਾ ਸਕਦੀ ਹੈ ਸਰਕਾਰ। ਸੋ ਪਹਿਲਾਂ ਕਰੋਨਾ ਨੇ ਬਹੁਤ ਵੱਡੀ ਮਾਰ ਪਾਈ ਹੈ, ਹੁਣ ਕਿਸਾਨਾਂ ਦਾ ਮਸਲਾ ਹੋ ਗਿਆ, ਪਰ ਇਹਦੇ ਵਿੱਚ ਜਿਹੜਾ ਅੱਜ ਦਾ ਜਿਹੜਾ ਇਹ ਮਿਸਿਜ ਪੰਜਾਬਣ ਦਾ ਜਿਹੜਾ ਸੀਜ਼ਨ ਵਰਲਡਵਾਈਡ ਜਿਹੜਾ ਫਸਟ ਮੈਂ ਅੱਜ ਇੱਥੇ ਆਇਆ, ਮੈਨੂੰ ਬਹੁਤ ਅੱਛਾ ਲੱਗਿਆ ਕਿ ਸਾਲ ਬਾਅਦ ਕੁਛ ਨਾ ਕੁਛ ਜਿਹੜਾ ਕਲਚਰਲ ਦੇਖਣ ਨੂੰ ਮਿਲਿਆ ਹੈਗਾ। ਨਹੀਂ ਤਾਂ ਸਾਡੇ ਮੇਲੇ, ਸਾਡੇ ਸ਼ੋਅਜ਼, ਸਾਡੇ ਵਿਆਹਾਂ ਦੇ ਪ੍ਰੋਗਰਾਮ, ਸ਼ਾਦੀਆਂ ਵਗੈਰਾ, ਜੋ ਵੀ ਸਾਡਾ ਖੁਸ਼ੀ ਦੇ ਮੌਕੇ 'ਤੇ ਸਾਰੇ ਗੁੰਮ ਹੀ ਹੋ ਗਏ ਨੇਗੇ ਇੱਕ ਸਾਲ ਤੋਂ। ਸੋ ਅੱਜ ਬਹੁਤ ਗੁੱਡ ਫੀਲ ਹੋ ਰਿਹਾ, ਬਹੁਤ ਅੱਛਾ ਲੱਗ ਰਿਹਾ ਕਿ ਇਹੋ ਜਿਹੇ ਪਲੈਟਫਾਰਮ ਦੇ ਉੱਤੇ ਅਸੀਂ ਖੜ੍ਹੇ ਹਾਂ। ਫਿਰੋਜ਼ ਖਾਨ ਜੀ, ਵਿਆਹਤਾ ਮੁਟਿਆਰਾਂ ਦੇ ਲਈ ਇਹ ਵਿਲੱਖਣ ਸ਼ੋਅ ਆ। ਅਕਸਰ ਦੇਖਿਆ ਜਾਂਦਾ ਕਿ ਮੁਟਿਆਰਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਘਰ ਦਾ ਕੰਮ ਕਰਨਾ ਰਸੋਈ ਤੱਕ ਸੀਮਿਤ ਆ ਤੁਸੀਂ। ਬਿਲਕੁਲ ਬਿਲਕੁਲ ਰਸੋਈ ਤੱਕ ਸੀਮਿਤ ਰਹਿ ਜਾਂਦੀਆਂ ਨੇ, ਬੱਚੇ ਪਾਲਣ ਤੱਕ ਸੀਮਿਤ ਰਹਿ ਜਾਂਦੀਆਂ ਨੇ, ਔਰ ਉਹ ਲੱਕੀ ਨੇ ਕੁੜੀਆਂ ਜਿਹੜੀਆਂ ਅੱਜ ਇਸ ਸ਼ੋਅ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੈ, ਪਾਰਟੀਸਪੇਟ ਕੀਤਾ, ਔਰ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਗੁੱਡ ਵਿਸ਼ਿਸ ਨੇ ਕਿ ਤੁਸੀਂ ਖੁੱਲ੍ਹ ਕੇ ਸਮਾਈਲ ਫੇਸ, ਜੋ ਵੀ ਕੋਈ ਪਰਫੋਰਮੈਂਸ ਦੇਣੀ ਹੈ ਤੁਸੀਂ ਸਮਾਈਲ ਫੇਸ ਦੇਣੀ ਹੈ, ਔਰ ਖੁਸ਼ ਹੋ ਕੇ ਤੁਹਾਡੀ 100 ਦੇ ਵਿੱਚੋਂ 100 ਨੰਬਰ ਹੋਣੇ ਚਾਹੀਦੇ ਨੇ, ਔਰ ਇੰਨੀ ਕੁ ਮੈਂ ਤੁਹਾਡੇ ਸਭ ਲਈ ਦੁਆ ਕਰਦਾ। ਫਿਰੋਜ਼ ਖਾਨ ਜੀ, ਕਿਸਾਨਾਂ ਦਾ ਆਪਾਂ ਪਹਿਲਾਂ ਗੱਲਬਾਤ ਕੀਤੀ ਕਿ ਐਜੀਟੇਸ਼ਨ ਪੂਰੇ ਵਰਲਡਵਾਈਡ ਹੋ ਰਿਹਾ ਜੀ, ਇਹ ਕੇਂਦਰ ਸਰਕਾਰ ਆ ਅੜੀਅਲ ਰਵੱਈਆ ਮੰਨਣ ਨੂੰ ਤਿਆਰ ਨਹੀਂ ਆ, ਤੁਸੀਂ ਵੀ ਸ਼ੁਰੂਆਤ ਦੇ ਵਿੱਚ ਜਦੋਂ ਸਿੰਗਰਾਂ ਨੇ ਮਿਸਾਲ ਗੱਡੀ ਸੀ ਸਿੰਗਰਾਂ ਵੱਲੋਂ ਬਟਾਲੇ ਦੇ ਵਿੱਚ ਜਿਹੜਾ ਵੱਡੇ ਪੱਧਰ 'ਤੇ ਹੋਇਆ ਸੀਗਾ, ਜਿਹੜਾ ਇਸ ਦੀ ਸ਼ੁਰੂਆਤ ਨੌਜਵਾਨਾਂ ਦੇ ਵਿੱਚ ਜੋਸ਼ ਭਰਿਆ ਸਿੰਗਰਾਂ ਨੇ ਤਾਂ ਜੋ ਐਡਾ ਵੱਡਾ ਅੰਦੋਲਨ ਇੱਥੇ ਜਾ ਕੇ ਖੜ੍ਹਾ ਹੋ ਚੁੱਕਾ ਆ ਅੱਜ ਦੀ ਡੇਟ ਦੇ ਵਿੱਚ। ਸਰ, ਮੰਨਣ ਨਾ ਮੰਨਣ ਲੋਕ ਸਿੰਗਰਸ ਨੇ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਆਪਣਾ ਕਿਰਦਾਰ ਨਿਭਾਇਆ, ਕਲਾਕਾਰ ਭਰਾਵਾਂ ਨੇ ਮੇਰਿਆਂ ਨੇ, ਉਹ ਇੱਕ ਬਹੁਤ ਵੱਡਾ ਵਡਮੁੱਲਾ ਕਿਰਦਾਰ ਨਿਭਾਇਆ,
और मैं सारे सिंगर भरावां नूं इस गल की मुबारकबाद दिंदा कि तुहाडे करके साडी जिहड़े पंजाब दे यंगस्टर जिहड़े इंडिया दे यंगस्टर उठ के अगे आए हैं उहनां नूं समझाया उहनां नूं उहनां दे विच इक जिद्दां असीं कह लईए उहनां नूं पुश अप कीता उहनां नूं जोश भरिया उहनां दे विच तां करके अज्ज बॉर्डर दे उत्ते उह बैठे होए ने। सो जिस हक नूं मंगण वास्ते जिथे यंगस्टर नहीं खड़े होणगे उत्थे कुछ नहीं बनता। मैं उम्मीद करदा फिर और मैं इस गल का आश्वासन भी दिना कि भी जिथे यंगस्टर खड़े आ उत्थे जित ही हुंदी है। बहुत चंगा लग्गिया, बहुत बहुत शुक्रिया, बड़ी मेहरबानी। फिरोज खान जी जोश भरे एक गाना हो जाए किसान नाल। नहीं नहीं नहीं, मैं मैं सब तो पहला गीत गाया सी, मेरा गाना हुण उहो सब तो पिछे रह गया। मैनू कई जणे दे फोन आए कहिंदे कि भी तुसीं गाया नहीं हैगा गीत। मैं कहा जी मैं गाया, मैं और बूटा मुहम्मद जी ने सत्ती कोखे वाली आ। उठे किसान पंजाब दे सिर बन दमाले, उठे किसान पंजाब दे सिर बन दमाले, ओए उठे किरती देश दे सिर बन दमाले, बन दमाले। अज दिल्ली वल नू पा ले शेरां ने चाले, अज दिल्ली वल नू पा ले शेरां ने चाले। बहुत बहुत मेहरबानी फिरोज खान जी। ये सन साढ़े नाल फिरोज खान जी मिसेज पंजाबन सीजन 10 दे विच पहुँचे ने, ऑडिशन सी जलंधर दे विच। सो इन्होंने भी बेस्ट विशेज दित्तियां मुटियारां नूं, जिहड़ियां ब्यौता मुटियारां और रसोई दे कम्मां कारां तों बाहर निकल के जिहड़ा उन्हां दे लई इक विलक्षण शो आ जो अपना टैलेंट दिखा सकण। जरूर टीवी एनआरई दे लई परमजीत पम्मा।